ਬੇਨਤੀ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਪੂਰੇ ਪੰਜਾਬ ਦੇ ਲੋਕਾਂ ਨੂੰ, ਜਿੱਥੇ ਵੀ ਇਨਸਾਫ ਪਸੰਦ ਲੋਕ ਬੈਠੇ ਨੇਗੇ, ਕਿ ਅੱਜ ਇਹ ਸਾਡੇ ਘਰ ਅੱਗ ਲੱਗੀ ਹੈ। ਮੈਂ ਇਹ ਗੱਲ ਕਹਿਣਾ ਕਿ ਆਉਣ ਵਾਲੇ ਟਾਈਮ 'ਚ ਇਹ ਅੱਗ ਪੰਜਾਬ ਦੇ ਹਰ ਇੱਕ ਘਰ 'ਚ ਲੱਗੂਗੀ। ਜਿਹੜਾ ਵੀ ਬੰਦਾ ਬੋਲੂ ਉਹਨੂੰ ਦੱਬਿਆ ਕੁਚਲਿਆ ਵੀ ਜਾਊਗਾ, ਜੋ ਆਪਣੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆਊਗਾ ਤਾਂ ਉਹਨੂੰ ਮਾਰ ਕੇ ਵੀ ਖਪਾਇਆ ਜਾਊਗਾ। ਇਹ ਪਹਿਲਾਂ ਵੀ ਹੋਇਆ ਪੰਜਾਬ ਨਾਲ, ਇਹ ਹੁਣ ਅੱਗੇ ਵੀ ਹੋਊਗਾ। ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਉੱਠ ਕੇ ਜਿਹੜਾ ਇਹ ਜ਼ਬਰ ਜ਼ੁਰਮ ਹੋ ਰਿਹਾ ਇਹਦੇ ਖਿਲਾਫ ਲੜਨ ਦੀ ਹਿੰਮਤ ਕਰ ਲਓ, ਨਹੀਂ ਤਾਂ ਇਹ ਬਹੁਤ ਭਾਰੀ ਪੈਣਾ ਪੰਜਾਬ 'ਤੇ, ਬਹੁਤ ਭਾਰੀ ਪੈਣਾ ਨਜਾਇਜ਼। ਇਹ ਘਰ ਘਰ ਦੇ ਵਿੱਚ ਅੱਗ ਵੜ ਜਾਣੀ ਹੈ, ਹਰ ਇੱਕ ਨਾਲ ਆਈ ਹੋਣਾ। ਕੱਠ ਦੀ ਕੌਲ ਦਿੱਤੀ ਹੋਈ ਹੈ ਜੀ ਭਾਅ ਜੀ, ਪਹਿਲੀ 29 ਤਰੀਕ ਦੀ ਕੱਠ ਦੀ ਕੌਲ ਦਿੱਤੀ ਹੋਈ ਆ। ਕੱਠ ਦੀ ਵੀ ਕੌਲ, ਜੋ ਵੀ ਜਥੇਬੰਦੀਆਂ ਦੇ ਉਹਦਾ ਪ੍ਰੋਗਰਾਮ ਲਿਖਣਗੇ, ਜੋ ਵੀ ਕਰਨਾ ਪਊ ਬਾਈ, ਜੋ ਵੀ ਸੜਕਾਂ ਜਾਮ ਕਰਨੀਆਂ, ਕੁਛ ਵੀ ਕਰਨਾ ਪੈਣਾ ਗਾ, ਜਿੰਨੇ ਕੁ ਜੋਗੇ ਹੈਗੇ ਆ ਬਾਈ, ਜੇ ਜਿਉਂਦੇ ਰਹੇ ਤਾਂ ਕਰਾਂਗੇ। ਪਟਿਆਲਾ ਪੁਲਿਸ ਦੀ ਹਿਰਾਸਤ ਤੋਂ ਬਾਅਦ ਕੀ ਕੱਠ ਦੀ ਜਗ੍ਹਾ ਵੀ ਚੇਂਜ ਹੋ ਸਕਦੀ ਹੈ ਪਟਿਆਲਾ ਨਾਲ? ਬੜਿਆ ਕੱਠ ਦੀ ਜਗ੍ਹਾ ਇੱਕ ਵਾਰ ਤਾਂ ਪਿੰਡ ਦੀ ਰੱਖੀ ਜੀ, ਪਿੰਡ ਦੀ ਹੀ ਰਹੂਗੀ। ਉਸ ਤੋਂ ਬਾਅਦ ਜਥੇਬੰਦੀਆਂ ਦਾ ਜੋ ਵੀ ਪ੍ਰੋਗਰਾਮ ਹੋਊਗਾ ਉਹ ਕਰਾਂਗੇ, ਪਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਹੁਣ ਉੱਠ ਖੜੋ। ਜੇ ਸਾਡਾ ਕੋਈ ਪਰਸਨਲ ਮੈਟਰ ਹੈ, ਸਾਡੀ ਕੋਈ ਪਰਸਨਲ ਲੜਾਈ ਹੈ, ਸਾਡੇ ਨਾਲ ਨਾ ਖੜੋ, ਪਰ ਇਹ ਪੰਜਾਬ ਦੀ ਲੜਾਈ ਹੈ। ਤੁਹਾਡੇ ਚਾਰੇ ਪਾਸਿਓਂ ਛਿੱਤਰ ਵੀ ਪੈਣਗੇ, ਤੁਹਾਡੇ ਛਿੱਤਰ ਪੈਣੇ ਤਾਂ ਪੈਣੇ, ਘਰੇ ਆ ਕੇ ਛਿੱਤਰ ਪੈਣਗੇ। ਉੱਥੋਂ ਜੱਜ ਸਾਹਿਬ ਨੇ ਜੋ ਵੀ ਜ਼ਮਾਨਤ ਭਰਾ ਕੇ ਆਪਣੀ ਬੌਂਡ ਹੁੰਦਾ ਉਹ ਜ਼ਮਾਨਤ ਕਰਤੀ ਸੀ, ਅਤੇ ਸਾਨੂੰ ਤਾਂ ਪਤਾ ਲੱਗਿਆ ਗਾ 1 ਤੋਂ 2 ਵਜੇ ਦੇ ਵਿੱਚ ਵਿੱਚ, ਅਤੇ ਜਦੋਂ ਜੇਲ੍ਹ ਅਸੀਂ ਵਕੀਲ ਸਾਹਿਬ ਨੂੰ ਲੈ ਕੇ ਗਏ, ਉੱਥੇ ਜੇਲ੍ਹ ਵਾਲਿਆਂ ਨੇ ਇਨਫੋਰਮੇਸ਼ਨ ਦਿੱਤੀ ਹੈ ਸਾਨੂੰ ਕਿ ਬਾਈ ਨੂੰ ਉੱਥੋਂ 11 ਵਜੇ ਪ੍ਰੋਟੈਕਸ਼ਨ ਬਰਾਂਟਾਂ 'ਤੇ ਵੀ ਇੱਥੇ ਪਟਿਆਲੇ ਸਦਰ ਥਾਣੇ ਦੇ ਵਿੱਚ ਪਰਚਾ ਦਰਜ ਕਰਾਇਆ ਗਾ। ਉਹ 'ਤੇ ਆ 379B ਅਤੇ ਆਹ ਧਾਰਾ ਨਵੀਆਂ 332, 323, 334, 500 ਅਤੇ 34 ਇਹ IPS ਆ ਧਾਰਾ, ਇਹ ਤੁਹਾਨੂੰ ਦੇ ਦਾਂਗੇ ਇਹਦੀ ਆਪਣੀ FIR ਦੀ ਕਾਪੀ, ਅਤੇ ਲਾਈਆਂ ਗਈਆਂ ਨੇ। ਅਤੇ ਤੁਹਾਨੂੰ ਪਤਾ ਹੀ ਹੈ ਕਿ ਹੁਣ ਇਹਦਾ ਇੱਕ ਤਰ੍ਹਾਂ ਦੀ ਪਰਸਨਲ ਦੁਸ਼ਮਣੀ ਕੱਢਣ ਵਾਲਾ ਕੰਮ ਹੋਇਆ ਪਿਆ ਜੀ, ਠੀਕ ਹੈ। ਜੇ ਇੱਕ ਪਰਚਾ ਕਰਾਤਾ ਸੀ, ਇਹ ਕਹਿ ਸੁਣਨ 'ਚ ਗੱਲਾਂ ਆ ਰਹੀਆਂ ਨੇ ਕਿ ਕੁਛ ਨਾ ਕਸਰ ਰਹਿ ਗਈ ਲੁਧਿਆਣੇ, ਜਿਹੜੀ ਹੁਣ ਸਰਕਾਰ ਹੋਰ ਕਢਾਉਣਾ ਚਾਹੁੰਦੀ ਹੈ। ਇਹ ਕੋਈ FIR ਦਾ ਪਤਾ ਲੱਗਿਆ ਕਿਸਨੇ ਕਰਾਈ ਹੈ? ਕੋਈ ਇੱਥੇ ਬਾਬਾ ਦੀਪ ਸਿੰਘ ਨਗਰ ਦਾ ਰਹਿਣ ਵਾਲਾ ਜੀ, ਕੋਈ ਇਹਦਾ ਨਾਮ ਆ ਸੁਖਦੇਵ ਸਿੰਘ। ਕਦੋਂ ਹੋਈ ਹੈ ਸੁਖਦੇਵ ਸਿੰਘ? ਇਹ ਹੈ ਤਾਂ FIR ਇਹ 20 ਤਰੀਕ ਦੀ ਹੈ ਜੀ, 20 ਤਰੀਕ ਦੀ ਕੱਟੀ ਹੋਈ ਹੈ FIR ਇਸ ਮਹੀਨੇ ਦੀ। ਹਾਂਜੀ ਹਾਂ, ਮੇਰੇ ਇੱਕੋ ਮੇਲਾ ਦਾ FIR, ਇੱਕੋ ਦਿਨ 2 FIR ਕੱਟੀ। ਕੀ ਕਾਰਨ ਕੀ ਪਤਾ ਲੱਗਿਆ ਇਸ FIR ਦਾ? ਕਾਰਨ ਤਾਂ ਕਹਿੰਦੇ ਇਹਦਾ, ਕਹਿੰਦੇ ਲੁੱਟ ਖੋਹ ਕਰੀ ਜੀ। ਤੁਹਾਨੂੰ ਲੱਗ ਰਿਹਾ ਕਿ ਕੋਈ ਲੁੱਟ ਖੋਹ ਵਾਲਾ ਕੋਈ ਇਹੋ ਜਿਹਾ ਕੋਈ ਸਿਸਟਮ ਕਰ ਸਕਦਾ ਭਾਨਾ ਸਿੱਧੂ? ਜਾਂ ਮੈਂ ਲੋਕਾਂ ਨੂੰ ਵੀ ਇਹ ਸਵਾਲ ਕਰਨਾ ਚਾਹੁੰਦਾ ਕਿ ਸਾਡਾ ਜਿਹੜਾ ਸਿਸਟਮ ਹੈ ਅਸੀਂ ਚਲਾਉਂਦੇ ਹਾਂ, ਸਾਡਾ ਅਸੀਂ ਪੰਜਾਬ ਦੇ ਪਹਿਲੇ ਨੰਬਰ ਦੇ ਯੂਟਿਊਬਰ ਹੈ। ਜਦੋਂ ਪੰਜਾਬ ਦੇ ਲੋਕਾਂ ਨੂੰ ਯੂਟਿਊਬ ਬਾਰੇ ਨਹੀਂ ਪਤਾ ਸੀਗਾ, ਹਰ ਇੱਕ ਯੂਥ, ਤੁਸੀਂ ਜਿਹੜੇ ਜਿੰਨੇ ਵੀ ਯੂਟਿਊਬਰ ਨੇ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ 'ਚ ਕੰਟੈਂਟ ਬਣਾਉਂਦੇ ਨੇ, ਤੁਸੀਂ ਉਹਨਾਂ ਨੂੰ ਔਨ ਰਿਕਾਰਡ ਜਾ ਕੇ ਪੁੱਛ ਵੀ ਸਕਦੇ ਹੋ ਕਿ ਤੁਹਾਨੂੰ ਯੂਟਿਊਬ 'ਤੇ ਚੈਨਲ ਬਣਾਉਣਾ, ਵੀਡੀਓ ਪਾਉਣੀਆਂ, ਇਨਕਮ ਕਿਵੇਂ ਆਉਂਦੀ ਹੈ, ਕਿਹਨੇ ਸਿਖਾਇਆ? ਸਾਡੀ ਯੂਟਿਊਬ ਮੋਨੇਟਾਈਜ਼ ਆ, ਸਾਡਾ ਸਨੈਪਚੈਟ ਮੋਨੇਟਾਈਜ਼ ਆ, ਸਾਡਾ ਇੰਸਟਾਗ੍ਰਾਮ ਮੋਨੇਟਾਈਜ਼ ਆ, ਸਾਡੀ ਫੇਸਬੁੱਕ ਮੋਨੇਟਾਈਜ਼ ਆ, ਸਾਨੂੰ ਚਾਰੇ ਪਾਸੇ ਇਨਕਮ ਆਉਂਦੀ ਹੈ। ਅਸੀਂ ਉਹਦੀ ਮਿਹਨਤ ਕਰਦੇ ਹਾਂ, ਕੰਟੈਂਟ ਬਣਾਉਂਦੇ ਹਾਂ, ਜੋ ਵੀ ਹੈ, ਜੋ ਪਹਿਲਾਂ ਸਾਡੇ CM ਸਾਹਿਬ ਵੀ ਕਰਦੇ ਰਹੇ ਨੇ। ਏਜੰਟਾਂ ਦੇ ਪੈਸੇ ਵਾਪਸ ਦਵਾਉਣਾ ਲੋਕਾਂ ਨੂੰ ਇਹ ਭਾਰੀ ਪੈ ਗਏ? ਮਾਨਾ ਸਿੱਧੂ ਭਾਰੀ ਨਹੀਂ ਪਏ ਬਾਈ ਜੀ, ਬੋਝ ਬਣ ਕੇ ਥੱਲੇ ਦਬ ਨੱਪ ਰਹੇ ਨੇ। ਇੱਕ ਏਜੰਟਾਂ ਦੇ ਪੈਸੇ ਮੜਵਾਉਣੇ ਅਤੇ ਲੋਕਾਂ ਦੀ ਆਵਾਜ਼ ਉਠਾਉਣੀ ਸਾਡੀ ਫੈਮਿਲੀ ਨੂੰ ਅਤੇ ਸਾਨੂੰ ਅਤੇ ਬਾਈ ਨੂੰ, ਇਹ ਮੰਨ ਲਓ ਕਿ ਸਾਡੇ ਉੱਤੇ
ਵੱਡੇ ਪਹਾੜ ਦੀ ਤਰ੍ਹਾਂ ਸਾਨੂੰ ਨੀਚੇ ਕੁਚਲ ਰਹੇ। ਇਸ ਦੌਰਾਨ ਜਦੋਂ ਤੋਂ ਹਿਰਾਸਤ ਦੇ ਵਿੱਚ ਪਾਣਾ ਸਿੱਧੂ, ਤਦੋਂ ਕੋਈ ਤੁਹਾਡੀ ਗੱਲਬਾਤ ਹੋਈ ਪਾਣਾ ਸਿੱਧੂ ਦੇ ਨਾਲ, ਕੋਈ ਦੱਸਿਆ ਕਿ ਕਿਵੇਂ ਪੁਲਿਸ ਟ੍ਰੀਟ ਕਰ ਰਹੀ ਹੈ? ਦੇਖੋ ਜੋ ਲੁਧਿਆਣਾ 'ਚ ਸੀਗਾ, ਲੁਧਿਆਣਾ 'ਚ ਜੋ ਕੁਛ ਹੋਇਆ ਉਹ ਸਾਰੀ ਮੀਡੀਆ ਦੇ ਵਿੱਚ ਆ ਗਿਆ, ਉਹ ਪਤਾ ਹੀ ਹੈ ਸਾਰੇ ਜਣੇ ਨੂੰ ਕਿ ਉੱਥੇ ਕੀ ਕੁਛ ਹੋਇਆ। ਅਤੇ ਹੁਣ ਪਟਿਆਲਾ ਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ, ਸਵੇਰੇ 11 ਵਜੇ ਤੱਕ ਇਹਨੇ ਜੇਲ੍ਹ 'ਚੋਂ ਲੈ ਕੇ ਆਏ ਹੋਏ ਨੇ, ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਉਹਦੇ ਬਾਰੇ ਮੈਨੂੰ ਕੁਛ ਪਤਾ ਲੱਗ ਪਾਇਆ ਕਿ ਹਲੇ ਪਟਿਆਲਾ ਦੇ ਵਿੱਚ ਕਿੱਥੇ ਰੱਖਿਆ ਗਿਆ, ਕੀ ਗੱਲ ਹੋਈ ਹੈ, ਕੀ ਨਾ ਜੀ ਪੁਲਿਸ ਲੈ ਕੇ ਆਈ ਹੈ? ਦੇਖੋ ਮੈਂ ਸੁਣਿਆ ਜਿਹੜੇ ਮੇਰੇ 2-4 ਮਿੱਤਰ ਨੇ ਉਹ ਕਹਿੰਦੇ ਵੀ ਪਰਚਾ ਵੀ ਖੁੱਲ੍ਹਾ, ਤੈਨੂੰ ਵੀ ਡਾਉਣਗੇ, 5-4 ਜਣੇ ਤੁਹਾਨੂੰ ਹੋਰ ਵੀ ਜਗਾਉਣਗੇ ਵਿੱਚ, ਠੀਕ ਹੈ। ਅਤੇ ਜੋ 2-4 ਬੰਦੇ ਸਾਡੇ ਗਏ ਆ, ਮੈਂ ਪੰਚਾਇਤ ਗਈ ਆ ਸਾਡੀ ਪਿੰਡ ਦੀ, ਉਹਨਾਂ ਨੇ ਪਹਿਲਾਂ ਸਦਰ 'ਚ ਪਤਾ ਕੀਤਾ, ਉਹ ਕਹਿੰਦੇ CI ਲੈ ਗਏ, CI ਪਤਾ ਕੀਤਾ ਕਹਿੰਦੇ ਸਦਰ 'ਚ ਲੈ ਗਏ, ਬਸ ਆਹੀ ਉਹ ਉੱਥੇ ਫਿਰ ਸਦਰ 'ਚ ਗਏ, ਉਹ ਕਹਿੰਦੇ ਜੀ ਪੁਨਰਹੇੜੀ ਚੌਂਕੀ 'ਚ ਲੈ ਗਏ, ਕੋਈ ਮਾਮਲਾ ਸਮਝ ਨਹੀਂ ਆ ਰਿਹਾ। ਹੁਣ ਗੱਲਬਾਤ ਹੋ ਪਈ ਤੁਹਾਡੀ, ਕਿਸ ਕੀ ਕੁਛ ਕੱਟ ਕਰਨ ਜਾ ਰਹੇ ਨੇ, ਅੱਗੇ ਕੀ ਲੱਖਾਂ ਸਜ਼ਾਣਾ ਲਗਾਤਾਰ ਹੱਕ ਦੇ ਵਿੱਚ ਬੋਲੋ? 29 ਤਰੀਕ ਦਾ ਕੱਟ ਸਾਡਾ ਰੱਖੀ ਹੋਇਆ ਜੀ, ਬਾਕੀ ਉਦੋਂ ਪਹਿਲਾਂ ਵੀ ਜੋ ਵੀ ਜਥੇਬੰਦੀਆਂ ਵੀ ਸਾਡੇ ਨਾਲ ਨੇ, ਪੰਜਾਬ ਆਪਣਾ ਸੰਯੁਕਤ ਮੋਰਚੇ ਵੱਲੋਂ ਵੀ ਮੀਟਿੰਗ ਹੋਈ ਸੀ ਰੋਪੜ, ਉਹਨਾਂ ਨੇ ਵੀ ਸਾਨੂੰ ਭਰੋਸਾ ਦਵਾਇਆ ਕਿ ਅਸੀਂ ਤੁਹਾਡੇ ਨਾਲ ਹਾਂ। ਅੱਜ 26 ਤਰੀਕ ਦਾ ਟਰੈਕਟਰ ਮਾਰਚ, ਕੁਛ ਉਹਨਾਂ ਦੇ 1-2 ਪ੍ਰੋਗਰਾਮ ਨੇ, ਉਹਨਾਂ ਨੇ ਕਹਿ ਸੁਣ ਕੇ ਹੀ 29 ਤਰੀਕ ਦਾ ਮਤਲਬ ਪ੍ਰੋਗਰਾਮ ਰਖਾਇਆ ਸੀ, ਵੱਡੀ ਕਾਲ ਦਿੱਤੀ ਸੀ ਇਨਸਾਫ ਪਸੰਦ ਲੋਕਾਂ ਨੂੰ, ਸਾਰੀਆਂ ਜਥੇਬੰਦੀਆਂ ਨੂੰ, ਜਿੰਨੇ ਵੀ ਲੋਕ ਨੇ ਉਹਨਾਂ ਨੇ ਉਹਨੂੰ ਕਾਲ ਦਿੱਤੀ ਸੀ ਕਿ ਤੁਸੀਂ ਆਓ ਕਿ ਆਪਾਂ ਵੱਧ ਤੋਂ ਵੱਧ ਇਕੱਠ ਕਰਕੇ ਇਹ ਸਰਕਾਰ ਦੇ ਜਿਹੜੇ ਇਹ ਨੀਤੀਆਂ 'ਤੇ ਉਤਰੀਆਂ ਇਹਨਾਂ ਨੂੰ ਨੱਥ ਪਾਈ। ਸਿਆਸੀ ਬੰਦਿਆਂ ਨਾਲ ਵੀ ਗੱਲਬਾਤ ਹੋਈ ਹਾਲ ਤੱਕ? ਸਿਆਸੀ ਬੰਦਿਆਂ ਨੇ ਕੀ ਗੱਲਬਾਤ ਕਰਨੀ ਹੈ ਜੀ, ਸਿਆਸੀ ਵਿਰੋਧੀ ਧਿਰ ਦੇ ਨੇਤਾ ਨੇ ਫੋਨ ਕੀਤਾ ਹੋਵੇ ਕਿ ਅਸੀਂ ਤੁਹਾਡੇ ਨਾਲ ਖੜਦੇ, ਕਿਉਂਕਿ ਹਰ ਕੋਈ ਹਿਮਾਇਤ ਕਰ ਰਿਹਾ ਨੇ ਤੁਹਾਡੀ? ਵਿਰੋਧੀ ਧਿਰ ਦੇ ਨੇਤਾ, ਦੇਖੋ ਜੀ ਮੇਰੀ ਗੱਲ ਕਿਸੇ ਨਾਲ ਨਹੀਂ ਹੋਈ ਔਨ ਰਿਕਾਰਡ, ਬਾਕੀ ਚੱਲ ਸਭ ਰਹੇ ਨੇ, ਕਿਉਂ ਦੇਖੋ ਜੀ ਵਿਰੋਧੀ ਧਿਰ ਦਾ ਨੇਤਾ ਹੋਵੇ ਅਤੇ ਸੱਤਾ ਧਿਰ ਦਾ ਨੇਤਾ ਹੋਵੇ, ਦਿਲ ਹਰ ਇੱਕ ਦੇ ਕੋਲ ਆ, ਦਿਲ ਹਰ ਇੱਕ ਦੇ ਕੋਲ ਆ। ਦੇਖੋ ਜਿਹੜਾ ਵੀ ਬੰਦਾ, ਹੁਣ ਤੁਸੀਂ ਵੀ ਆਏ ਹੋ ਬਾਈ ਜੀ, ਤੁਸੀਂ ਇੱਕ ਇਨਸਾਨੀਅਤ ਦੇ ਨਾਂ 'ਤੇ ਆਇਆ, ਜਿਹੜਾ ਵੀ ਜੀ ਤਾਂ ਬੰਦਾ ਉਹੀ ਬੁੱਚੜਖਾਨੇ 'ਤੇ ਉੱਤਰ ਕੇ ਦੇਖੋ, ਉਹਦਾ ਤਾਂ ਕੁਛ ਆਪਾਂ ਕਹਿ ਨਹੀਂ ਸਕਦੇ, ਪਰ ਦਿਲ ਤਾਂ ਹਰ ਇੱਕ ਕੋਲ ਆ, ਚਾਹੇ ਸੱਤਾਧਰ ਨੇ ਠੀਕ ਹੈ ਨੇਤਾ ਨੇ, ਚਾਹੇ ਵਿਰੋਧੀ ਧਿਰ ਦੇ ਨੇਤਾ ਨੇ, ਜਿਹਦਾ ਦਿਲ ਮਚਣਾ ਉਹਦਾ ਮਚਦਾ ਹੀ ਹੈ। ਜੇ ਕਈ ਉਲਟ ਜਿਹੜੇ ਵਿਰੋਧੀ ਧਿਰ ਵਾਲੇ ਨੇ ਉਹ ਵੀ ਲੱਗ ਰਹੇ ਨੇ, ਸਰਕਾਰ ਨੀਵੇਂ ਪੱਧਰ 'ਤੇ ਆ ਗਈ ਬਹੁਤ ਜ਼ਿਆਦਾ। ਨੀਵੇਂ ਪੱਧਰ 'ਤੇ ਕੀ ਬਾਜੀ, ਮੈਨੂੰ ਐਂ ਲੱਗਦਾ ਵੀ ਜ਼ਮੀਨ ਥੱਲੇ ਡਿੱਗ ਗਈ ਸਰਕਾਰ ਦਾ, ਸਰਕਾਰ ਇੰਨਾ ਤਾਂ ਇਹ ਸੋਚ ਲਓ ਕਿ ਇੱਕ ਮੈਂ ਕਹਿੰਦਾ ਕੋਈ ਆਹ ਸਰਪੰਚ ਸਾਹਿਬ ਖੜ੍ਹੇ ਨੇ ਸਾਡੇ ਪਿੰਡ ਦੇ, ਮੈਂ ਕਹਿੰਦਾ ਜਦੋਂ ਆਪਾਂ ਪਿੰਡ 'ਚ 100 ਲੜਾਈਆਂ ਪੜ੍ਹਾਈਆਂ ਹੋਈਆਂ ਕੁਛ ਵੀ ਹੋ ਜਾਂਦਾ, ਇੱਥੇ ਤੱਕ ਤਾਂ ਸਰਪੰਚ ਵੀ ਨਹੀਂ ਗਿਰਦਾ, ਤੁਸੀਂ ਇਹ ਹਿਸਾਬ ਲਾ ਲਓ ਕਿ CM ਸਾਹਿਬ ਦਾ ਤਾਂ ਲੈਵਲ ਹੀ ਬਹੁਤ। ਹੁਣ ਲੇਟੈਸਟ ਇਨਫੋਰਮੇਸ਼ਨ ਕੀ ਹੈ, 2 ਦਿਨ ਦਾ ਰਿਮਾਂਡ ਕਿਹਾ ਜਾ ਰਿਹਾ, 2 ਦਿਨ ਦਾ ਰਿਮਾਂਡ ਤੱਕ ਕੀ ਕਾਰਵਾਈ ਕਰੋ? ਰਿਮਾਂਡ 29 ਤਰੀਕ ਤੱਕ ਆ ਜੀ, ਮੈਨੂੰ 2 ਦਿਨ ਬਾਰੇ ਨਹੀਂ ਮੈਨੂੰ ਕੁਛ ਪਤਾ। ਦੇਖੋ 29 ਤਰੀਕ ਤੱਕ ਮੇਰੇ ਹਿਸਾਬ ਨਾਲ, ਮੈਨੂੰ ਜਿੱਥੇ ਤੱਕ ਪਤਾ ਲੱਗਿਆ ਸਾਡੇ ਵਕੀਲ ਸਾਹਿਬ ਨੇ ਦੱਸਿਆ ਕਿ 29 ਤਰੀਕ ਤੱਕ ਦਾ ਰਿਮਾਂਡ। ਠੀਕ ਹੈ, ਧੰਨਵਾਦ।